ਜਨਾਜ਼ੇ ਲਵੈਣ ਦੇ ਕਰੀਬ ਆ ਜਾਵਾਂ। ਹੁਸੈਨ ਤੂੰ ਕੁਰਸੀ ਚੁੱਟੀਏ ਭਗਤ ਪੇਜ ਗੱਲ ਚੈਨ ਵਿਆਹ ਦੇ ਕੋਲ ਆਇਨ ਜਿਹੜੇ ਹਲਕੇ ਦੇ ਮਾਤਮੇ ਬੈਠੇ ਹੋ ਅਲਮੇ ਅੱਬਾਸ ਦੀ ਕਸਮੇ ਗਾਜ਼ੀ ਦਾ ਸਰ ਝੋਲੀ ਚ ਰੱਖੇ ਔਰ ਜਿਹੜੇ ਅਲਮਾਲੇ ਦੇ ਨੌਕਰ ਬੈਠੋ ਮੈਨੂੰ ਮਿੰਬਰ ਦੀ ਇੱਜ਼ਤ ਦੀ ਕਸਮ ਹੈ ਗਾਜ਼ੀ ਆਵਾਜ਼ ਦੇ ਕਿਆ ਤੇ ਮੌਲਾ ਮੇਰੀ ਇੱਕ ਹਸਰਤ ਹੈ ਗਾਜ਼ੀ ਬੋਲ ਕਿਹੜੀ ਹਸਰਤ ਅੱਲਾ ਗਵਾਏ ਰੋ ਕਿਆ ਤੇ ਮੌਲਾ ਮੇਰੀ ਅੱਖੀਂ ਦਾ ਖੂਨ ਸਾਫ਼ ਕਰੋ ਮੈਂ ਤੁਹਾਡੇ ਚਿਹਰੇ ਦੀ ਜ਼ਿਆਰਤ ਕਰਾਂ ਔਰ ਜਿਹੜੇ ਗਾਜ਼ੀ ਦੇ ਨੌਕਰ ਬੈਠੇ ਹੋ ਅਲਮ ਦੀ ਕਸਮ ਹੈ ਹੁਸੈਨ ਫੱਟੇ ਦਾਮਨ ਨਾਲ ਅੱਖੀਂ ਦਾ ਖੂਨ ਸਾਫ਼ ਕੀਤਾ ਉਹ ਅਲਮੇ ਅੱਬਾਸ ਦੀ ਕਸਮ ਹੈ ਜਿਹੜਾ ਅੱਖੀਂ ਦਾ ਖੂਨ ਸਾਫ਼ ਕੀਤਾ ਗਰੀਬ ਰੋ ਗਿਆ ਅੱਬਾਸ ਮੇਰੀ ਵੀ ਇੱਕ ਹਸਰਤ ਹੈ ਦੇਖ ਕਿਆ ਤੇ ਮੌਲਾ ਕਿਹੜੀ ਹਸਰਤ ਦੇਖ ਕਿਆ ਤੇ ਸਾਰੀ ਜ਼ਿੰਦਗੀ ਗੁਲਾਮ ਛੱਡਵੀਂਦਾ ਰਿਹਾ ਅੱਜ ਟੁਰਦੇ ਵੇਲੇ ਇੱਕ ਵਾਰੀ ਮੈਨੂੰ ਬਿਰਾ ਆ ਕੇ ਬੁਲਾ ਵਾਹ ਭਾਈ ਵਾਹ ਵਾਹ ਭਾਈ ਵਾਹ ਰਜੋ ਹੈਲੋ ਦੀ ਅਲੀ ਦੀ ਰਾਜੀ ਇੱਕ ਵਾਰੀ ਮੈਨੂੰ ਬਿਰਾ ਆ ਕੇ ਬੁਲਾ ਉਹ ਤੇਰੀ ਵਫਾ ਤੋਂ ਸਦਕੇ ਜਿਹੜੇ ਅਲਮਾਲੇ ਦੇ ਨੌਕਰ ਬੈਠੇ ਹੋ ਜਿਹੜਾ ਗਾਜ਼ੀ ਇਹ ਗੱਲ ਸੁਣੀਏ ਹੱਥ ਜੋੜ ਕੇ ਆਦੇ ਮੌਲਾ ਮਾਫ ਕਰੇ ਫਿਰਾ ਨਹੀਂ ਸੁਣ ਸਕਦਾ ਤੂੰ ਜ਼ਹਰਾ ਦਾ ਪੁੱਤਰ ਹੈ ਮੈਂ ਨੌਕਰਾਣੀ ਦਾ ਪੁੱਤਰ ਹਾਂ ਅਲਮ ਦੀ ਕਸਮ ਹੈ ਜਿਹੜਾ ਹੁਸੈਨ ਨੇ ਗੱਲ ਸੁਣੀਏ ਕਿਬਲਾ ਵੈਣੋ ਪਿਆ ਕਰਦਾ ਜਿਹਦੇ ਤੇ ਆਲੀਆ ਦੀ ਮੋਹਰ ਲੱਗੀ ਹੋਈ ਹੈ ਹੁਸੈਨ ਗੱਲ ਸੁਣੀਏ ਡੇ ਕਿਆ ਦੇ ਅੱਬਾਸ ਸੱਜੇ ਪਾਸੇ ਵੇਖ ਅੱਬਾਸ ਸੱਜੇ ਪਾਸੇ ਕਿਆ